रंगला टीवी देख रहे दर्शकों का स्वागत है जी। सूबे दे विच आए दिन ही लुट खोह दीआं वारदातां वापर रहीआं ने, तो उत्थे ही हुण एक महीने दे अंदर अंदर बैंक दे विच तीजी लुट होई है। दस दईए कि तीजी वार एक बैंक नूं निशाना बनाया गया। इस तों पहला दो वारदातां वापरीआं सी, एक पटियाले दे विच अते एक जलंधर दे विच। दोवां थावां दे उत्ते बैंक दे विच वड्डी लुट दी वारदात नूं अंजाम दित्ता गया सी। ਤਾਂ ਹੁਣ ਇੱਕ ਵਾਰ ਫਿਰ ਤੋਂ ਇੱਕ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ। ਦਿਨ ਦਿਹਾੜੇ 13 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ। ਔਰ ਇੰਨਾ ਹੀ ਨਹੀਂ, ਦੋ ਮੋਟਰਸਾਈਕਲਾਂ ਦੇ ਉੱਤੇ ਸਵਾਰ ਹੋ ਕੇ ਜਿਹੜੇ ਲੁਟੇਰੇ ਬੈਂਕ ਦੇ ਵਿੱਚ ਪਹੁੰਚਦੇ ਨੇ ਅਤੇ ਉਹਨਾਂ ਮੋਟਰਸਾਈਕਲਾਂ ਦੇ ਉੱਤੇ ਹੀ ਫਰਾਰ ਹੋ ਜਾਂਦੇ ਨੇ। 5 ਤੋਂ 7 ਮਿੰਟ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਤੇਜ਼ ਧਾਰ ਹਥਿਆਰ ਦਿਖਾ ਕੇ ਜਿਹੜੀ ਲੁੱਟ ਦੀ ਵਾਰਦਾਤ ਹੁੰਦੀ ਹੈ, ਉੱਥੇ ਹੀ ਦੋ ਲੁਟੇਰਿਆਂ ਦੇ ਕੋਲੇ ਪਿਸਤੌਲ ਵੀ ਸਨ। ਦੱਸ ਦਈਏ ਕਿ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਦੇਤਵਾਲ ਪਿੰਡ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। 5 ਨਕਾਬਪੋਸ਼ ਲੁਟੇਰੇ ਬੈਂਕ ਦੇ ਵਿੱਚ ਦਾਖਲ ਹੁੰਦੇ ਨੇ, ਸਟਾਫ ਨੂੰ ਧਮਕਾਇਆ ਜਾਂਦਾ, ਹਥਿਆਰ ਦਿਖਾਏ ਜਾਂਦੇ ਨੇ, ਜਿਸ ਤੋਂ ਬਾਅਦ ਲੁਟੇਰੇ ਕੈਸ਼ ਕਾਊਂਟਰ ਦੇ ਕੋਲੇ ਪਹੁੰਚਦੇ ਨੇ, ਉੱਥੇ ਪਈ ਰਕਮ ਨੂੰ ਬੈਗ ਦੇ ਵਿੱਚ ਪਾਉਂਦੇ ਨੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ। ਦੱਸ ਦਈਏ ਕਿ ਦਿਨ ਦਿਹਾੜੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 13 ਲੱਖ ਰੁਪਏ ਦੀ ਲੁੱਟ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜਲੰਧਰ ਦੇ ਵਿੱਚ ਵੀ ਅਜਿਹੀ ਹੀ ਵਾਰਦਾਤ ਵਾਪਰੀ ਸੀ, ਜਿੱਥੇ ਲੁਟੇਰੇ ਬੈਂਕ ਦੇ ਵਿੱਚ ਦਾਖਲ ਹੁੰਦੇ ਨੇ, ਉੱਥੋਂ ਕੈਸ਼ ਲੈ ਕੇ ਫਰਾਰ ਹੋ ਜਾਂਦੇ ਨੇ। ਤੇ ਇਸ ਤੋਂ ਪਹਿਲਾਂ ਇੱਕ ਪਟਿਆਲੇ ਤੋਂ ਮਾਮਲਾ ਸਾਹਮਣੇ ਆਇਆ ਸੀ, ਜਿੱਥੇ 10 ਤੋਂ 12 ਸਾਲ ਦਾ ਬੱਚਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਗਿਆ ਸੀ ਤੇ 35 ਲੱਖ ਰੁਪਏ ਲੈ ਕੇ ਫਰਾਰ ਹੋਇਆ ਸੀ। ਤਾਂ ਹੁਣ ਇੱਕ ਹੋਰ ਬੈਂਕ ਦੇ ਵਿੱਚ ਡਾਕਾ ਪਿਆ, ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤੇ ਇਸ ਵਾਰਦਾਤ ਤੋਂ ਬਾਅਦ ਪ੍ਰਸ਼ਾਸਨ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਕਿਉਂ ਨੇ, ਕਿਉਂ ਦਿਨ ਦਿਹਾੜੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉੱਥੇ ਇੱਕ ਗੱਲ ਇਹ ਵੀ ਹੈ ਕਿ ਬੈਂਕ ਦੇ ਵਿੱਚ ਕੋਈ ਵੀ ਸੁਰੱਖਿਆ ਗਾਰਡ ਹੈ ਜਿਹੜਾ, ਉਹ ਤੈਨਾਤ ਨਹੀਂ ਕੀਤਾ ਗਿਆ ਸੀ। ਤਾਂ ਇਸ ਦੇ ਪਿੱਛੇ ਕੀ ਕਾਰਨ ਹੈ ਇਹ ਅਜੇ ਤੱਕ ਸਪਸ਼ਟ ਨਹੀਂ ਹੋ ਪਾਇਆ, ਪਰ ਇੱਕ ਵੱਡੀ ਵਾਰਦਾਤ ਵਾਪਰੀ ਹੈ ਬੈਂਕ ਦੇ ਵਿੱਚ। 13 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੋ ਮੋਟਰਸਾਈਕਲਾਂ ਦੇ ਉੱਤੇ 5 ਜਿਹੜੇ ਲੁਟੇਰੇ ਨੇ ਸਵਾਰ ਹੋ ਕੇ ਆਏ ਸਨ। ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਲੁਟੇਰੇ ਬੈਂਕ ਦੇ ਵਿੱਚ ਦਾਖਲ ਹੁੰਦੇ ਨੇ। ਸਟਾਫ ਇੱਕ ਤੁਹਾਨੂੰ ਨਜ਼ਰ ਆ ਰਿਹਾ ਹੈ, ਸਟਾਫ ਦੇ ਜਿਹੜੇ ਮੈਂਬਰ ਨੇ ਉੱਥੇ ਬੈਠੇ ਹੋਏ ਨੇ ਤੇ ਉਹਨਾਂ ਨੂੰ ਤੇਜ਼ ਧਾਰ ਹਥਿਆਰ ਦਿਖਾ ਕੇ ਡਰਾਇਆ ਜਾਂਦਾ। ਤਾਂ ਜਿਸ ਤੋਂ ਬਾਅਦ ਜਿਹੜੇ ਕਰਮਚਾਰੀ ਨੇ ਉਹ ਪਿੱਛੇ ਹਟ ਜਾਂਦੇ ਨੇ, ਤਾਂ ਲੁਟੇਰੇ ਕੈਸ਼ ਕਾਊਂਟਰ ਦੇ ਕੋਲੇ ਪਹੁੰਚਦੇ ਨੇ, ਉੱਥੇ ਪਈ ਰਕਮ ਨੂੰ ਬੈਗ ਦੇ ਵਿੱਚ ਪਾਉਂਦੇ ਨੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ। ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੱਸ ਦਈਏ ਕਿ 5 ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ 5 ਤੋਂ 7 ਮਿੰਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਰੀ ਵਾਰਦਾਤ ਹੈ ਜਿਹੜੀ ਇਸ ਨੂੰ ਅੰਜਾਮ ਦਿੱਤਾ ਗਿਆ ਹੈ। ਉੱਥੇ ਹੀ ਇਸ ਦੌਰਾਨ ਬੈਂਕ ਕਰਮਚਾਰੀਆਂ ਨੇ ਕੀ ਕੁਝ ਕਿਹਾ, ਪੁਲਿਸ ਵਾਲਿਆਂ ਦਾ ਕੀ ਕੁਝ ਕਹਿਣਾ ਹੈ, ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਕਿ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕੀ ਕੁਝ ਕਿਹਾ ਹੈ। सर, आज आपके ब्रांच में एक वारदात हुई है, क्या कहना चाहोगे सर? उसमें कौन कौन बंदे थे, कितने बंदे की उम्मीद है? देखिए, अभी तक पुलिस आई हुई है यहाँ पे, तहकीकात कर रहे हैं। अपेरेंटली ये लगा कि 5 लोग थे यहाँ पे जो कि वेपन लेके अंदर आए हैं और उन्होंने कैश कैबिन से हमारे कैश को बाहर निकालते हुए वहाँ से जूता भी कैश अंदर था सारा उठा के लेके हुए हैं। तो अभी उनकी इन्वेस्टिगेशन जो पुलिस कर रही है और हमारी यहाँ से ब्रांच में जैसे ये थोड़ी रूरल ब्रांच है यहाँ पर, तो यहाँ पर हमारा अब जो कैमरा लगे हुए हैं उनसे जितने भी हमें इन्फॉर्मेशन मिल पाएगी जो पुलिस निकाल रही है उसके बाद ही पता लग पाएगा। वेपन सभी के पास था? एक वेपन करंटली जो पता चला है अभी तक कि 2 लोगों के पास गन्स थी और एक के पास आई थिंक कुछ और हथियार था। सर, टोटल कितना कैश लग रहा है, कितना कैश? अप्रॉक्सीमेटली 13 लाख के आसपास। मुलाजिम से क्या बोला उन्होंने? ये मतलब अगर आप कुछ करेंगे तो हम आपको मारेंगे जी, तो आप उनको बाहर निकाल दिया। उन्होंने मोबाइल ले लिए उनके जो कि उन्होंने बाद में जाते हुए ATM फेंक दिए थे। तो अब इस आधार पर मतलब लाने को कुछ नहीं कर सकता। आपका स्टाफ सेफ है? बिल्कुल, स्टाफ सेफ है हमारा, हम किसी कोई हाथ ही नहीं हुई है। आपका सर नाम क्या है? मेरा नाम मिथुन मंडल आशीष रावत है, मैं पंजाब नेशनल बैंक की सिक्योरिटी ऑफिसर हूँ लुधियाना। थैंक यू सर। सर, की घटना वापरी है जी? ਇੱਥੇ ਦੇਤਵਾਲ ਪਿੰਡ ਜਿਹੜਾ ਹੈਗਾ ਦਾਖਾ ਥਾਣੇ ਦੇ ਵਿੱਚ, ਉੱਥੇ ਅੱਜ ਲਗਭਗ 4 ਵਜੇ ਦੇ ਕਰੀਬ 5 ਅਣਪਛਾਤੇ ਵਿਅਕਤੀਆਂ ਨੇ ਰੋਬਰੀ ਨੂੰ ਅੰਜਾਮ ਦਿੱਤਾ। ਉਹ 13 ਲੱਖ ਰੁਪਏ ਤੋਂ ਲੈ ਕੇ ਗਏ ਨੇ ਅਤੇ ਅਸੀਂ ਇੱਥੇ, ਮੇਰੀ CIA ਦੀ ਟੀਮ ਵੀ ਆਈ ਹੈ, ਮੈਂ ਵੀ ਅੱਜ ਮੌਕਾ ਦੇਖਿਆ ਹੁਣ, ਅਤੇ ਅਸੀਂ ਇਹਨਾਂ ਨੂੰ ਜਲਦੀ ਕਾਬੂ ਕਰ ਲਵਾਂਗੇ ਔਰ ਫੜ ਕੇ ਤੁਹਾਨੂੰ ਜਿਹੜਾ ਹੈਗਾ ਰਿਜ਼ਲਟ।
ਸਰ ਕੈਸ਼ ਕਿੰਨਾ ਸੀ ਕੁਛ 13 ਲੱਖ ਰੁਪਇਆ ਉਹ ਬੈਂਕ ਵਾਲਿਆਂ ਨੇ ਦੱਸਣ ਮੁਤਾਬਕ ਜਿਹੜਾ ਹੈਗਾ ਇੱਥੋਂ ਖੋ ਕੇ ਲੈ ਕੇ ਗਏ ਨੇ ਅੰਦਰ ਆ ਕੇ ਸਰ ਨੌਜਵਾਨ ਨਕਾਬਪੋਸ਼ ਦੀਆਂ ਉਦੋਂ ਇਹ ਨਕਾਬਪੋਸ਼ ਨੌਜਵਾਨ ਦੱਸੇ ਜਾ ਰਹੇ ਨੇ ਜੋ ਕਿ ਸੀ ਸੀ ਟੀ ਵੀ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਔਰ ਜਲਦੀ ਕਬਜ਼ ਕਰ ਸਰ ਕੁਛ ਹੁਲੀਆ ਪਤਾ ਲੱਗਿਆ ਕੁਛ ਵੀ ਸਰਦਾਰ ਸੀ ਜਾਂ ਮੋਨੀ ਸੀ ਜਾਂ ਕੁਛ ਹਾਲੇ ਤੱਕ ਜੋ ਹੁਲੀਆ ਹੈਗਾ ਉਹ ਮੋਨੇ ਵਿਅਕਤੀਆਂ ਦਾ ਆ ਰਿਹਾ ਹੈਗਾ ਜੋ ਕਿ ਸੀ ਸੀ ਟੀ ਵੀ ਤੋਂ ਨਜ਼ਰ ਆ ਰਹੇ ਸਰ ਜਿਸ ਤਰ੍ਹਾਂ ਪਤਾ ਲੱਗੇ ਵੀ ਇੱਥੇ ਸਕਿਉਰਟੀ ਗਾਰਡ ਨਹੀਂ ਗਏ ਸਰਕਾਰ ਦੀਆਂ ਹਦਾਇਤਾਂ ਕਿਸ ਨੂੰ ਲੈ ਕੇ ਸੋਚ ਨਹੀਂ ਨਹੀਂ ਉਹ ਇਹਨਾਂ ਦੀਆਂ ਬੈਂਕ ਦੀਆਂ ਆਪਣੀਆਂ ਹਦਾਇਤਾਂ ਮੁਤਾਬਕ ਬੈਂਕ ਓਪਰੇਟ ਕਰਦੇ ਨੇ ਅਤੇ ਕਈ ਬੈਂਕਾਂ 'ਚ ਜਿਹੜੇ ਕਿ ਛੋਟੇ ਬੈਂਕ ਹੁੰਦੇ ਨੇ ਪਿੰਡਾਂ ਦੇ ਹੁੰਦੇ ਨੇ ਉੱਥੇ ਸਿਕਿਉਰਿਟੀ ਗਾਰਡ ਨਹੀਂ ਹੁੰਦੇ ਔਰ ਸੀ ਸੀ ਟੀ ਵੀ ਜੋ ਕਿ ਇਹਨਾਂ ਨੇ ਲਗਾਇਆ ਹੋਇਆ ਸੀ ਉਹਦੇ ਨਾਲ ਸਾਨੂੰ ਇਨਵੈਸਟੀਗੇਸ਼ਨ 'ਚ ਪੂਰੀ ਮਦਦ ਮਿਲ ਰਹੀ ਹੈ ਥੈਂਕ ਠੀਕ ਹੈ ਸਰ ਮੁੱਲਾਪੁਰ ਦੇ ਵਿੱਚ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਸਰ ਤੁਸੀਂ ਨਹੀਂ ਕੋਈ ਇਹੋ ਜਿਹੀ ਤਾਂ ਕੋਈ ਵਾਰਦਾਤ ਇਹੋ ਜਿਹੀ ਕਰਨਾ ਤਾਂ ਸਰ ਕੱਲ੍ਹ ਵੀ ਇੱਕ ਮਰਡਰ ਹੋਇਆ ਨਹੀਂ ਮਰਡਰ ਜਿਹੜਾ ਹੁੰਦਾ ਉਹ ਪਰਸਨਲ ਜਿਹੜੀ ਹੁੰਦੀ ਹੈ ਰੰਜਿਸ਼ ਉਹਦਾ ਨਤੀਜਾ ਹੁੰਦਾ ਮਰਡਰ ਦੇ ਵਿੱਚ ਅਸੀਂ ਜਿਹੜੇ ਵਿਅਕਤੀ ਨੇ ਉਹ ਵੀ ਫੜ ਲਏ ਨੇ ਅਤੇ ਉਹਨਾਂ ਦੇ ਪਿੱਛੇ ਜਿਹੜਾ ਵਿਅਕਤੀ ਹੈ ਜਿਹੜਾ ਕਿ ਜਿਹਦੇ ਕਾਰਨ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹ ਵੀ ਸੀ ਸੀ ਟੀ ਵੀ ਦੇ ਵਿੱਚ ਸਾਡੇ ਕੋਲ ਜਿਹੜਾ ਹੈਗਾ ਸਾਹਮਣੇ ਆ ਗਿਆ ਅਤੇ ਉਹਨੂੰ ਵੀ ਪਛਾਣ ਕੇ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਸਰ ਜਿਹੜਾ ਕੈਸ਼ ਲੁੱਟਿਆ ਗਿਆ ਉਹ ਸਟਰੋਂਗ ਰੂਮ ਦੇ ਅੰਦਰੋਂ ਲੁੱਟਿਆ ਗਿਆ ਜਾਂ ਮੈਨੇਜਰ ਦੇ ਕੈਬਿਨ ਕੈਸ਼ੀਅਰ ਦੇ ਕੈਬਿਨ ਦੇ ਵਿੱਚੋਂ ਹਾਲੇ ਤੱਕ ਜੋ ਅਸੀਂ ਪਤਾ ਕੀਤਾ ਹੈਗਾ ਕੈਸ਼ੀਅਰ ਦੇ ਕੈਬਿਨ ਤੋਂ ਸਮਾਨ ਲੈ ਕੇ ਗਏ ਤਿਜੋਰੀ ਨੂੰ ਉਹਨਾਂ ਨੇ ਹੱਥ ਨਹੀਂ ਲਗਾਇਆ ਥੈਂਕ ਯੂ ਕੋਈ ਸਰ ਮਾਰਪੀਟ ਦੇ ਕਿਸ ਤਰ੍ਹਾਂ ਜੀ ਮੁਲਾਜ਼ਮ ਜੀ ਕਿਸੇ ਦੀ ਕੋਈ ਉਹਨਾਂ ਨੇ ਕਿਸੇ ਵੀ ਮੁਲਾਜ਼ਮ ਨੂੰ ਕੋਈ ਜਾਨੀ ਨੁਕਸਾਨ ਨਹੀਂ ਪਹੁੰਚਾਇਆ ਠੀਕ ਥੈਂਕ ਯੂ